ਪੰਜਾਬ ਦੇ ਵਿੱਚ ਬੀਤੇ ਦਿਨਾਂ ਜਿੱਥੇ ਪੰਚਾਇਤੀ ਚੋਣਾਂ ਹੋਈਆਂ ਅਤੇ ਪੰਚ ਅਤੇ ਸਰਪੰਚ ਚੁਣੇ ਗਏ ਨੇ ਉੱਥੇ ਹੀ ਹੁਣ ਤੁਹਾਨੂੰ ਦੱਸ ਦਈਏ ਕਿ ਗਿੱਦੜਬਾਹਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਵੋਟਾਂ ਦੀ ਗਿਣਤੀ ਨੂੰ ਲੈ ਕੇ ਹੰਗਾਮਾ ਹੋਇਆ ਹੈ ਤੇ ਵੋਟਾਂ ਦੀ ਗਿਣਤੀ ਹੁਣ ਸਵੇਰ ਤੱਕ ਵੀ ਜਾਰੀ ਹੈ। ਜੀ ਹਾਂ, ਦੱਸ ਦਈਏ ਕਿ 4,4500 ਦੇ ਕਰੀਬ ਇਸ ਪਿੰਡ 'ਚ ਵੋਟ ਦੱਸੀ ਜਾ ਰਹੀ ਹੈ ਜਿੱਥੇ ਕਿ ਚੌਥੀ ਵਾਰ ਕਾਊਂਟਿੰਗ ਹੋਈ ਹੈ। ਪਹਿਲਾਂ ਇੱਕ ਉਮੀਦਵਾਰ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਸੀ ਪਰ ਦੂਸਰੇ ਉਮੀਦਵਾਰ ਦੇ ਵੱਲੋਂ ਇਸ ਦੇ ਉੱਤੇ ਆਬਜੈਕਸ਼ਨ ਲਗਾਈ ਗਈ ਤੇ ਫਿਰ ਉਸ ਤੋਂ ਬਾਅਦ ਇਸ ਦੀ ਰੀਕਾਊਂਟਿੰਗ ਹੁੰਦੀ ਹੈ। ਇੰਜ ਕਰਦੇ ਕਰਦੇ ਹੁਣ ਤੱਕ 3 ਤੋਂ 4 ਵਾਰੀ ਉੱਥੇ ਰੀਕਾਊਂਟਿੰਗ ਹੋ ਚੁੱਕੀ ਹੈ ਤੇ ਮੌਕੇ ਦੇ ਉੱਤੇ ਹੁਣ ਤਮਾਮ ਵੱਡੇ ਅਧਿਕਾਰੀ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ। ਤਾਂ ਗਿੱਦੜਬਾਹਾ ਦਾ ਪਿੰਡ ਹੈ ਸੁਖਨਾ ਅਬਲੂ ਜਿੱਥੇ ਕਿ ਹਾਲੇ ਵੀ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ 4 ਵਾਰ ਉੱਥੇ ਵੋਟਾਂ ਦੀ ਕਾਊਂਟਿੰਗ ਹੋ ਚੁੱਕੀ ਹੈ ਤੇ ਗੁੱਸੇ ਦੇ ਵਿੱਚ ਆਏ ਲੋਕਾਂ ਦੇ ਵੱਲੋਂ ਕਾਊਂਟਿੰਗ ਸੈਂਟਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ। ਹਾਲਾਂਕਿ ਸਾਰੀ ਰਾਤ ਇਹਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਤੇ ਹੁਣ ਉਹਨਾਂ ਦੇ ਵੱਲੋਂ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ ਗਿਆ। ਤਾਂ ਇਹ ਤਸਵੀਰਾਂ ਗਿੱਦੜਬਾਹਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਕਾਊਂਟਿੰਗ ਸੈਂਟਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। 4 ਵਾਰ ਉੱਥੇ ਕਾਊਂਟਿੰਗ ਹੋ ਚੁੱਕੀ ਹੈ। ਪਹਿਲਾਂ ਇੱਕ ਉਮੀਦਵਾਰ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਸੀ ਪਰ ਦੂਸਰੇ ਉਮੀਦਵਾਰ ਦੇ ਵੱਲੋਂ ਆਬਜੈਕਸ਼ਨ ਲਗਾਈ ਤੇ ਫਿਰ ਤੋਂ ਤੀਸਰੇ ਉਮੀਦਵਾਰ ਦੇ ਵੱਲੋਂ ਆਬਜੈਕਸ਼ਨ ਲਗਾਈ। ਤਾਂ ਇੰਜ ਕਰਦੇ ਕਰਦੇ ਹੁਣ ਤੱਕ ਉੱਥੇ 4 ਵਾਰ ਕਾਊਂਟਿੰਗ ਹੋ ਚੁੱਕੀ ਹੈ ਤੇ ਮੌਕੇ ਦੇ ਉੱਤੇ ਵੀ ਹੁਣ DSP ਪਹੁੰਚੇ ਨੇ। ਜੋ ਕਾਊਂਟਿੰਗ ਵਾਲਾ ਸਟਾਫ ਹੈ ਉਹ ਵੀ ਅੱਕ ਚੁੱਕਾ ਹੈ ਤੇ ਉਹਨਾਂ ਦਾ ਕਹਿਣਾ ਕਿ ਹੁਣ ਇਹ ਆਖਰੀ ਵਾਰ ਕਾਊਂਟਿੰਗ ਹੋਵੇਗੀ। ਜੋ ਵੀ ਇਸ ਦੇ ਵਿੱਚ ਜੇਤੂ ਹੋਇਆ ਉਹ ਆਖਰੀ ਫੈਸਲਾ ਹੋਵੇਗਾ। ਤਾਂ ਗਿੱਦੜਬਾਹਾ ਦੇ ਵਿੱਚ ਚੌਥੀ ਵਾਰ ਕਾਊਂਟਿੰਗ ਹੋ ਰਹੀ ਹੈ। ਪਿੰਡ ਹੈ ਸੁਖਨਾ ਅਬਲੂ ਜਿੱਥੇ ਕਿ ਚੌਥੀ ਵਾਰ ਕਾਊਂਟਿੰਗ ਹੋਈ ਹੈ ਅਤੇ ਲਗਾਤਾਰ ਉੱਥੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਤੇ ਹੁਣ ਜੋ ਬਾਹਰ ਬੈਠੇ ਧਰਨਾਕਾਰੀ ਨੇ ਉਹਨਾਂ ਦੇ ਵੱਲੋਂ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ ਗਿਆ।